आज मैं बहुत खुश हूँ। आखिर 15 साल बाद मेरी बहन को औलाद का सुख जो मिला है, ना जाने कहाँ कहाँ भटक गए। आखिर खुशी मिली तो अंश IVF इनफर्टिलिटी सेंटर मोगा में। अगर आप भी औलाद का सुख चाहते हैं और बहुत जगह भटक चुके हैं तो एक बार जरूर आएं अंश IVF इनफर्टिलिटी सेंटर। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਦੋਸਤੋ, ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ। ਇੱਕ ਐਸੀ ਸ਼ਖਸੀਅਤ ਜਿਸ ਨੇ ਇਸ ਲੜਾਈ ਨੂੰ ਨਾ ਕੇਵਲ ਜਿੱਤਿਆ ਬਲਕਿ ਲੱਖਾਂ ਲੋਕਾਂ ਦੇ ਵਾਸਤੇ ਉਹ ਪ੍ਰੇਰਣਾ ਦਾ ਸਰੋਤ ਬਣੇ। ਰੋਹਿਤ ਸਾਡੇ ਨਾਲ ਨੇ ਔਰ ਰੋਹਿਤ ਨੇ ਜੋ ਆਪਣੇ ਇਸ ਮਹਾਮਾਰੀ ਦੇ ਦੌਰਾਨ ਸਭ ਤੋਂ ਪਹਿਲੇ ਪੇਸ਼ੈਂਟ ਦੇ ਰੂਪ ਅੰਦਰ ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਠੀਕ ਹੋਣ ਤੋਂ ਬਾਅਦ, ਕਿਆ ਕਿਸ ਤਰੀਕੇ ਇਹਨਾਂ ਨੇ ਉਸਨੂੰ ਬੀਟ ਕੀਤਾ ਔਰ ਕਿਸ ਤਰੀਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਇਹਨਾਂ ਦੇ ਸਹਾਏ ਹੋਏ। ਸਭ ਤੋਂ ਵੱਡੀ ਗੱਲ ਆ ਕਿ ਉਹ ਪਵਿੱਤਰ ਸਥਾਨ ਜਿਸ ਤੋਂ ਲੱਖਾਂ ਲੋਕ ਬਿਮਾਰੀਆਂ ਦਾ ਨਿਵਾਰਨ ਕਰਕੇ ਜਾਂਦੇ ਨੇ, ਨਿਰੋਗ ਹੋ ਕੇ ਜਾਂਦੇ ਨੇ, ਉਸ ਪਵਿੱਤਰ ਸਥਾਨ ਦੇ ਭਾਵੇਂ ਅੱਜ ਤੱਕ ਇਹਨਾਂ ਖੁਦ ਦਰਸ਼ਨ ਨਹੀਂ ਕੀਤੇ ਸੀ, ਪਰ ਉੱਥੋਂ ਦੇ ਅੰਮ੍ਰਿਤ ਨੇ ਕਿਵੇਂ ਚਮਤਕਾਰ ਕੀਤਾ ਔਰ ਕਿਵੇਂ ਇਹਨਾਂ ਦੀ ਜ਼ਿੰਦਗੀ ਦੇ ਅੰਦਰ ਤਬਦੀਲੀ ਆਈ, ਇਹ ਰੋਹਿਤ ਤੁਹਾਨੂੰ ਆਪ ਦੱਸਣਗੇ। ਮੇਰੇ ਨਾਲ ਕੈਪਟਨ ਗੁਜਰਾਲ ਨੇ, ਗੁਜਰਾਲ ਸਾਹਿਬ ਰੋਹਿਤ ਜੀ ਦੇ ਮਿੱਤਰ ਵੀ ਨੇ ਔਰ ਇਕੱਠੇ ਮੇਰੇ ਵੀ ਦੋਸਤ ਨੇ ਔਰ ਅਸੀਂ ਬਹੁਤ ਪੁਰਾਣੇ ਇੱਕ ਦੂਜੇ ਸੰਪਰਕ ਸਾਂ। ਔਰ ਜਦੋਂ ਇਹ ਸਾਰੀ ਘਟਨਾਕ੍ਰਮ ਚੱਲ ਰਿਹਾ ਸੀ ਤੇ ਗੁਜਰਾਲ ਜੀ ਰੋਹਿਤ ਜੀ ਨਾਲ ਸੰਪਰਕ ਅੰਦਰ ਵੀ ਸੀ ਔਰ ਇਹਨਾਂ ਮੈਨੂੰ ਜਦੋਂ ਦੱਸਿਆ ਤੇ ਮੈਂ ਸੋਚਿਆ ਕਿ ਸਭ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਉਣਾ ਚਾਹੀਦਾ, ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਨਾਲ ਜੋੜ ਕੇ ਮੈਂ ਚਾਹੂੰਗਾ। ਸਭ ਤੋਂ ਪਹਿਲਾਂ ਰੋਹਿਤ ਜੀ, ਤੁਸੀਂ ਜਿਹੜੇ ਲੋਕ ਸਾਨੂੰ ਸੁਣ ਰਹੇ ਨੇ ਇਸ ਵੇਲੇ, ਉਹਨਾਂ ਨੂੰ ਜੋ ਇਹ ਤੁਹਾਡੀ ਆਪ ਬੀਤੀ ਆ ਉਸਦੀ ਜ਼ਰੂਰ ਜਾਣਕਾਰੀ ਦਿਓ। ਸਭ ਨੂੰ ਬਹੁਤ ਬਹੁਤ ਨਮਸਤੇ। ਸਿਰਸਾ ਸਾਹਿਬ, ਮੈਨੂੰ ਡਿਟੈਕਟ ਹੋ ਗਿਆ 1 ਮਾਰਚ ਨੂੰ, ਸਰਕਾਰ ਨੂੰ ਪਤਾ ਚੱਲ ਗਿਆ ਕਿ ਮੈਂ ਦਿੱਲੀ ਦਾ ਪਹਿਲਾ ਕੋਰੋਨਾ ਪੇਸ਼ੈਂਟ ਹੈਗਾ ਜੀ, ਤੇ ਮੈਨੂੰ ਉਹਨਾਂ ਨੇ ਸਫਦਰਜੰਗ ਹਸਪਤਾਲ 'ਚ ਭੇਜ ਦਿੱਤਾ। ਮੈਂ ਗਿਆ, ਰਾਮ ਮਨੋਹਰ ਲੋਹੀਆ ਸੀ, ਉੱਥੋਂ ਸਫਦਰਜੰਗ ਚਲੇ ਗਏ। 2 ਤਰੀਕ ਨੂੰ ਡਾਕਟਰਸ ਨੇ ਦੱਸਤਾ ਕਿ ਰੋਹਿਤ, ਯੂ ਆਰ ਕੋਰੋਨਾ ਪੋਜ਼ਿਟਿਵ। ਜਿਸ ਤਰ੍ਹਾਂ ਪੋਜ਼ਿਟਿਵ ਹੋਇਆ ਤੇ ਹੁਣ ਸੋਸ਼ਲ ਮੀਡੀਆ 'ਚ ਸਪਰੈਡ ਹੋ ਗਿਆ, ਤੇ ਮੇਰੇ ਇੱਕ ਫਰੈਂਡ ਹੈਗੇ ਹੈ ਜੋ ਸਿੱਖ ਹੈ ਔਰ ਬ੍ਰਿਗੇਡੀਅਰ ਰਿਟਾਇਰ ਹੋਇਆ ਫੌਜ ਤੋਂ, ਉਹਨਾਂ ਦਾ ਕੈਨੇਡਾ ਤੋਂ ਫੋਨ ਆਇਆ ਕਿ ਰੋਹਿਤ ਤੂੰ ਚਿੰਤਾ ਨਹੀਂ ਕਰ, ਸਭ ਠੀਕ ਹੋ ਜਾਏਗਾ। ਔਰ ਉਹਨਾਂ ਨੇ ਕਿਸੇ ਨੂੰ ਕਹਿ ਕੇ ਮੇਰੇ ਕੋਲ ਬੰਗਲਾ ਸਾਹਿਬ ਗੁਰਦੁਆਰੇ ਦਾ ਅੰਮ੍ਰਿਤ ਭੇਜਤਾ, ਅੰਮ੍ਰਿਤ ਭੇਜਿਆ ਔਰ ਕੜਾਹ ਭੇਜਿਆ। ਕੜਾਹ ਤੇ ਮੈਂ ਸਵੀਟ ਡਿਸ਼ ਸਮਝ ਕੇ ਲੰਚ ਦੇ ਨਾਲ ਹੀ ਖਾ ਗਿਆ, ਤੇ ਫਿਰ ਜਦ ਅੰਮ੍ਰਿਤ ਦੀ ਵਾਰੀ ਆਈ ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਮੈਨੂੰ ਇਹ ਦੱਸ ਦਿਓ ਕਿ ਇਹ ਹਾਊ ਇਹ ਯੂਜ਼ ਕਿਵੇਂ ਕਰਨਾ ਹੈ। ਉਹਨਾਂ ਨੇ ਕਿਹਾ ਇੱਕ ਬੋਤਲ 'ਚ ਇੱਕ ਢੱਕਣ, ਮਿਨਰਲ ਵਾਟਰ ਦੀ ਇੱਕ ਬੋਤਲ 'ਚ ਇੱਕ ਢੱਕਣ ਅੰਮ੍ਰਿਤ ਦਾ ਪਾ ਦਿਓ। ਮੈਂ ਉਹਨੂੰ ਫੋਲੋ ਕਰਤਾ। ਸਿਰਸਾ ਸਾਹਿਬ, ਤੁਸੀਂ ਯਕੀਨ ਮੰਨੋ ਔਰ ਤੁਸੀਂ ਟਰਾਈ ਕੀਤਾ ਹੋਏਗਾ ਸ਼ਾਇਦ, ਉਹ ਬੋਤਲ 'ਚ ਇੱਕ ਢੱਕਣ ਨੇ ਬੋਤਲ ਦਾ ਟੇਸਟ ਚੇਂਜ ਕਰ ਦਿੱਤਾ। ਠੀਕ ਹੈ, ਉਹ ਮੈਨੂੰ ਸਮਝ ਨਹੀਂ ਆਈ, ਮਗਰ ਮੈਂ ਉਹ ਪੀਂਦਾ ਰਿਹਾ। ਔਰ ਮਤਲਬ ਜਿਸ ਤਰ੍ਹਾਂ ਆਪ ਤੁਸੀਂ ਸਮਝ ਲਓ ਕਿ ਮੈਨੂੰ ਰੋਜ਼ ਨਾ ਫਰਕ ਲੱਗਦਾ ਸੀ ਜੀ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਕਦੇ ਵੀ ਮਤਲਬ ਦਿੱਲੀ ਦੇ ਕਿਸੇ ਵੀ ਗੁਰਦੁਆਰੇ 'ਚ ਨਹੀਂ ਗਿਆ, ਮਗਰ ਮੈਂ ਜਦੋਂ ਵੀ ਗੁਰਦੁਆਰੇ ਦੇ ਅੱਗੇ ਤੋਂ ਲੰਘਦਾ ਸੀ ਤੇ ਉਹ ਨਿਸ਼ਾਨ ਸਾਹਿਬ ਨੂੰ ਦੇਖ ਕੇ, ਨਿਸ਼ਾਨ ਸਾਹਿਬ ਦਾ ਨਾਂ ਵੀ ਕੈਪਟਨ ਗੁਜਰਾਲ ਨੇ ਮੈਨੂੰ ਦੱਸਿਆ। ਮੈਂ ਕਿਹਾ ਇਹਨਾਂ ਨੂੰ ਕਿ ਝੰਡੇ ਦੇ ਉੱਤੇ ਝੰਡਾ ਲੱਗਿਆ ਹੋਇਆ ਜਾਂ ਡੰਡੇ ਦੇ ਉੱਤੇ, ਉਹ ਇਹਨਾਂ ਨੇ ਦੱਸਿਆ। ਉਹ ਨਿਸ਼ਾਨ ਸਾਹਿਬ ਨੂੰ ਦੇਖ ਕੇ ਪਾਠ ਕਰਦਾ ਜਾਂਦਾ ਸੀ ਔਰ ਕਦੇ ਅੱਗੇ ਵੀ ਨਿਕਲ ਜਾਂਦਾ ਸੀ, ਆਪਣੇ ਡਰਾਈਵਰ ਨੂੰ ਕਹਿੰਦੇ ਤੂੰ ਗੱਡੀ ਰੋਕ ਲੈ, ਮੈਂ ਨਿਸ਼ਾਨ ਸਾਹਿਬ ਤੇ ਹੀ ਦੇਖ ਕੇ ਖਤਮ ਕਰਨਾ ਪਾਠ। ਚਲੋ, ਉਹ ਮੇਰੇ ਕੋਲ ਆ ਗਿਆ ਆਪਣਾ ਅੰਮ੍ਰਿਤ, ਤੇ ਮੈਂ ਉਹਨੂੰ ਰੋਜ਼ ਮਤਲਬ ਸੋਚੋ ਯਾਰ 14 ਦਿਨਾਂ 'ਚ 20-25 ਬੋਤਲਾਂ 2-2 ਲੀਟਰ ਵਾਲੀ ਪੀਤੀ, ਉਹ ਬਚ ਗਿਆ ਅੰਮ੍ਰਿਤ। ਫਿਰ ਮੈਂ ਆਪਣੇ ਉਹ ਫਰੈਂਡ ਨੂੰ ਫੋਨ ਕੀਤਾ, ਮੈਂ ਕਿਹਾ ਸੁਪ੍ਰਿਆ ਹੁਣ ਕੀ ਕਰਾਂ ਕਿ ਉਹ ਬਚ ਗਿਆ। ਉਹ ਕਹਿੰਦੇ ਕਿ ਮੈਂ ਸਾਰਾ ਇੱਕੋ ਵਾਰੀ 'ਚ ਪੀ ਲਾਂ ਕਿ ਇੰਝ ਨਾ ਹੋਏ ਕਿ ਇੰਨਾ ਅੰਮ੍ਰਿਤ ਹੋ ਜਾਏ ਬੋਡੀ 'ਚ ਕਿ ਮੈਂ ਪੋਜ਼ਿਟਿਵਿਟੀ ਫਟੀ ਜਾਏ ਬੋਡੀ, ਕਈ ਟੂ ਮਚ ਨਾ ਹੋ ਜਾਏ। ਉਹ ਕਹਿੰਦੀ ਚਿੰਤਾ ਨਹੀਂ ਕਰ, ਪੀ ਲੈ ਪੂਰੇ ਦਾ ਪੂਰਾ। ਮੈਂ ਪੀ ਲਿੱਤਾ। ਹੁਣ ਮੈਨੂੰ ਪਤਾ ਨਹੀਂ ਸੀ ਜੀ ਕਿ ਮੇਰੇ ਨਾਲ ਹੋਇਆ ਕੀ, ਮਤਲਬ ਇਹ। ਔਰ ਮੈਂ ਮਤਲਬ ਤੁਸੀਂ ਹੈਰਾਨ ਰਹੋਗੇ, ਮੈਂ ਅੰਦਰ ਹੀ ਡਿਸਾਈਡ ਕਰ ਲਿੱਤਾ ਸੀ ਕਿ ਮੈਂ ਘਰ ਤੋਂ ਨਿਕਲਦੇ ਹੀ ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਬੰਗਲਾ ਸਾਹਿਬ ਜਾਵਾਂਗਾ। ਮੈਂ ਅੱਜ ਤੱਕ ਗਿਆ ਨਹੀਂ, ਮਗਰ ਮੈਂ ਉਹ ਚਮਤਕਾਰੀ ਸ਼ਕਤੀ ਦੇਖ ਲਿੱਤੀ ਕਿ ਉਹ ਕੀ ਚਮਤਕਾਰ ਹੈ। ਦੇਖੋ, ਯੋਗਾ ਨੇ ਆਪਣਾ ਕੰਮ ਕੀਤਾ, ਡਾਕਟਰ ਨੇ ਆਪਣਾ ਕੰਮ ਕੀਤਾ, ਬਟ ਜੋ ਉੱਪਰ ਵਾਲੇ ਨੇ ਕੰਮ ਕੀਤਾ ਨਾ, ਕਿ ਆਈਸੋਲੇਸ਼ਨ ਵਾਰਡ ਦੇ ਅੰਦਰ ਬੰਦਾ ਨਹੀਂ ਆ ਸਕਦਾ ਜੀ। ਮੇਰੇ ਕੋਲ ਅੰਮ੍ਰਿਤ ਆ ਗਿਆ, ਪ੍ਰਸ਼ਾਦ ਆ ਗਿਆ, ਮੇਰੇ ਕੋਲ ਪ੍ਰਸ਼ਾਦ ਆ ਗਿਆ। ਰੋਹੀ ਜੀ, ਇਹੀ ਗੱਲ ਆ, ਜਿੱਥੇ ਸਾਇੰਸ ਖਤਮ ਹੁੰਦੀ ਆ ਨਾ, ਉੱਥੇ ਪਰਮਾਤਮਾ ਸ਼ੁਰੂ ਹੁੰਦਾ ਹੈ। ਜਿਵੇਂ ਰੋਹੀ ਜੀ ਇਹ ਵੀ ਗੱਲ ਦੱਸ ਰਹੇ ਸੀ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ,
ਕਿ ਕਿਸ ਤਰੀਕੇ ਭਾਵੇਂ ਇਹਨਾਂ ਨੂੰ ਗੁਰਬਾਣੀ ਪੰਜਾਬੀ ਅੰਦਰ ਲਿਪੀ ਅੰਦਰ ਨਹੀਂ ਆਉਂਦੀ ਸੀ, ਪਰ ਇਹਨਾਂ ਨੂੰ ਇਹਨਾਂ ਦੇ ਦੋਸਤ ਨੇ ਇੰਗਲਿਸ਼ ਅੰਦਰ ਉਹਦੀ ਟ੍ਰਾਂਸਲੇਸ਼ਨ ਭੇਜੀ, ਇੰਗਲਿਸ਼ ਅੰਦਰ ਭੇਜੀ, ਔਰ ਇਹ ਉਸਨੂੰ ਸਰਵਣ ਕਰਦੇ ਰਹੇ। ਰੋਹੀ ਜੀ ਉਹ ਵੀ ਆਪਣਾ ਐਕਸਪੀਰੀਅੰਸ ਜਿਹੜਾ ਸ਼ੇਅਰ ਕਰੋ। ਸਰ ਉਹੀ ਕੈਨੇਡਾ ਤੋਂ ਉਹੀ ਬ੍ਰਿਗੇਡੀਅਰ ਸਾਹਿਬ ਨੇ ਮੈਨੂੰ ਗੁਰਬਾਣੀ ਦੇ ਲਿਖੇ ਮਤਲਬ ਪੰਜਾਬੀ ਦਾ ਪਹਿਲੇ ਲਿਖਿਆ ਕਿ ਇਹ ਮੈਂ ਤੈਨੂੰ ਫੋਟੋ ਭੇਜ ਰਿਹਾ ਔਰ ਇਹ ਉਹਦੀ ਉਹ ਟ੍ਰਾਂਸਲੇਸ਼ਨ ਇੰਗਲਿਸ਼ 'ਚ, ਅਤੇ ਮੈਂ ਇੰਗਲਿਸ਼ 'ਚ ਹੀ ਟ੍ਰਾਂਸਲੇਟ ਕਰ ਦਿੱਤੀ। ਉਹ ਜੋ ਕਹਿੰਦੇ ਸੀ ਮੈਂ ਉਹ ਮਤਲਬ ਮੈਂ ਪੜ੍ਹਦਾ ਸੀ ਅਤੇ ਮੈਨੂੰ ਇੰਝ ਲੱਗਦਾ ਸੀ ਕਿ ਮੈਂ ਮਤਲਬ ਆਈ ਐਮ ਗੈਟਿੰਗ ਫਾਈਨ, ਬੈਟਰ ਹੁੰਦਾ ਜਾਂਦਾ ਸੀ ਮੈਂ ਹਰ ਹਰ ਵਾਰੀ ਪੜ੍ਹਨ ਦੇ ਬਾਅਦ। ਅਤੇ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਦੇਖੋ ਇਹ ਸਿਰਫ ਆਪਣਾ ਦੇਸ਼ ਹੀ ਹੈਗਾ, ਆਪਣੀ ਕੌਮ ਹੀ ਹੈਗੀ ਹੈ ਜੀ ਜਿਹੜੀ ਇੱਕ ਦੂਜੇ ਦੇ ਨਾਲ ਖੜੀ ਹੁੰਦੀ ਹੈ। ਉਹ ਕਿੱਥੇ ਕੈਨੇਡਾ ਵਿਚਾਰੇ ਸਵੇਰੇ 12 ਘੰਟੇ ਦਾ ਫਰਕ ਸੀ, ਬਟ ਉਹ ਸਵੇਰੇ ਸ਼ਾਮ ਮੈਨੂੰ ਭੇਜਦੇ ਸੀ। ਅੱਛਾ ਫਿਰ ਉਹ ਭਜਨ ਭੇਜਦੇ ਥੇ ਮੇਰੇ ਕੋ ਪਤਾ ਨਹੀਂ ਜੋ ਆਪਕੇ ਸੋਰੀ ਤੋ ਕੀਰਤਨ ਭੇਜਦੇ ਥੇ ਔਰ ਵੋ ਐਸੀ ਐਨਰਜੀ ਦੇਤੇ ਥੇ ਨਾ ਸਿਰਸਾ ਸਾਹਿਬ, ਆਈ ਕੈਨੋਟ ਐਕਸਪਲੇਨ ਕਿ ਮਤਲਬ ਉਹ ਮਤਲਬ ਉਸਕਾ ਆਪ ਅੰਮ੍ਰਿਤ ਕਾ ਵੀ ਮੇਰੇ ਕੋ ਨਹੀਂ ਪਤਾ ਥਾ, ਅੰਮ੍ਰਿਤ ਕਾ ਗੁਜਰਾਲ ਸਾਹਿਬ ਨੇ ਬਤਾਇਆ, ਗੁਜਰਾਲ ਸਾਹਿਬ ਆਪਕੋ ਪਤਾ ਹੀ ਹੈ ਸਾਰਾ। ਨਹੀਂ ਜੀ ਬਿਲਕੁਲ ਜੀ, ਜਿਹੜਾ ਕੀਰਤਨ ਆ ਨਾ ਇਹ ਜੋ ਕਲਯੁੱਗ ਆ ਇਸਦੇ ਅੰਦਰ ਕੀਰਤਨ ਦੀ ਬਹੁਤ ਵੱਡੀ ਅਹਿਮੀਅਤ ਹੈ। ਕੀਰਤਨ ਹੀ ਪ੍ਰਧਾਨ ਆ ਔਰ ਕੀਰਤਨ ਕੀ ਆ, ਕੀਰਤਨ ਉਸ ਪਰਮਾਤਮਾ ਨੂੰ ਅਕਾਲ ਪੁਰਖ ਦੀ ਉਸਤਤ ਕਰਨਾ, ਉਸਨੂੰ ਧਿਆਉਣਾ, ਉਸਦੀ ਵਡਿਆਈ ਕਰਨੀ, ਉਸਨੂੰ ਪ੍ਰਸੰਨ ਕਰਨ ਦੀ ਇੱਕ ਇੱਕ ਪ੍ਰਕਿਰਿਆ ਹੈ ਜਿੱਥੇ ਅਸੀਂ ਰੱਬ ਦੀ ਉਸਤਤ ਕਰਦੇ ਹਾਂ। ਔਰ ਜਿਹੜਾ ਵੀ ਇਨਸਾਨ ਕੀਰਤਨ ਨਾਲ ਜੁੜਦਾ, ਗੁਰਬਾਣੀ ਨਾਲ ਜੁੜਦਾ ਹੈ, ਕੋਈ ਕਿਉਂਕਿ ਗੁਰਬਾਣੀ ਕੋਈ ਇੱਕ ਧਰਮ ਦੀ ਨਹੀਂ ਹੈਗੀ, ਗੁਰਬਾਣੀ ਕੋਈ ਇੱਕ ਗੁਰਬਾਣੀ ਦੀ ਕੋਈ ਸੀਮਾ ਇਹ ਨਹੀਂ ਕਿ ਕੋਈ ਇੱਕ ਪਰਟੀਕੁਲਰ ਰਿਲੀਜਨ ਨੂੰ ਕਰਦੀ, ਉਹ ਅਕਾਲ ਪੁਰਖ ਦੀ ਉਸਤਤ ਕਰਦੀ ਔਰ ਉਸ ਅਕਾਲ ਪੁਰਖ ਨਾਲ ਗੱਲ ਕਰਦੀ। ਗੁਰਬਾਣੀ ਤੁਹਾਨੂੰ ਉਸ ਅਕਾਲ ਪੁਰਖ ਨਾਲ ਜੋੜ ਦਿੰਦੀ ਆ। ਸੋ ਤੁਸੀਂ ਇਸ ਨੂੰ ਖੁਦ ਇਸ ਡਿਵਾਈਨ ਫੀਲਿੰਗ ਨੂੰ ਖੁਦ ਫੀਲ ਕੀਤਾ ਹੈ। ਸਾਡੇ ਨਾਲ ਕੈਪਟਨ ਗੁਜਰਾਲ ਵੀ ਨੇ, ਮੈਂ ਉਹਨਾਂ ਨੂੰ ਵੀ ਚਾਹੂੰਗਾ ਕਿ ਉਹ ਵੀ ਜ਼ਰੂਰ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਤੇ ਆਪਣਾ ਐਕਸਪੀਰੀਅੰਸ ਨੂੰ ਲੋਕਾਂ ਨਾਲ ਸ਼ੇਅਰ ਕਰਨ। ਹਾਂਜੀ ਇਹ ਸਿਸਟਮ ਇਦਾਂ ਹੈ ਕਿ ਰੋਹਿਤ ਮੇਰੀ ਫਲਾਈਟ ਤੇ ਸੀਗੇ, ਵੇਰਾ ਤੋਂ ਦਿੱਲੀ ਦੀ ਫਲਾਈਟ ਤੇ, ਤੇ ਰੋਹਿਤ ਤੇ ਮੇਰਾ ਕੰਟੈਕਟ ਕਾਫੀ ਦੇਰ ਪਹਿਲਾਂ ਛੁੱਟ ਗਿਆ ਸੀ ਤੇ ਰੋਹਿਤ ਮੈਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਸ ਫਲਾਈਟ ਤੇ। ਜਿਵੇਂ ਪਰਮਾਤਮਾ ਦਾ ਹੱਥ ਹੁੰਦਾ ਉਸ ਨਾਲ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਇਹਨਾਂ ਨੇ ਪੂਰੀ ਕੋਸ਼ਿਸ਼ ਕਰ ਲਈ। ਸਾਡੇ ਕਰੂ ਨੂੰ ਵੀ ਕਿਹਾ ਕਿ ਮੈਂ ਕਪਤਾਨ ਦਾ ਬੜਾ ਖਾਸ ਦੋਸਤ ਆ, ਉਹਨਾਂ ਨੂੰ ਮੇਰਾ ਨਾਮ ਪਹੁੰਚਾ ਦਿਓ, ਮੈਂ ਮਿਲਣਾ ਚਾਹੁੰਦਾ। ਉਹ ਕਹਿੰਦੇ ਕਪਤਾਨ ਤੇ ਆਪਣਾ ਬਿਜ਼ੀ ਨੇ, ਤੁਸੀਂ ਦੱਸੋ ਕੀ ਸੇਵਾ ਕਰੋਗੇ। ਤੇ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ, ਸਾਡੀ ਮੁਲਾਕਾਤ ਨਹੀਂ ਹੋਈ ਤੇ ਮੈਨੂੰ ਪਤਾ ਚੱਲਿਆ ਟੀਵੀ ਚੈਨਲ ਦੇ ਮਾਧਿਅਮ ਨਾਲ ਕਿ ਇਹ ਮੇਰੀ ਫਲਾਈਟ ਤੇ ਸੀਗੇ ਤੇ ਮੈਂ ਇਹਨਾਂ ਨੂੰ ਫੋਨ ਕੀਤਾ। ਇਹ ਕਹਿਣ ਲੱਗੇ, ਕਹਿ ਰਹੇ ਕੈਪਟਨ ਗੁਜਰਾਲ ਆਈ ਵਾਸ ਟ੍ਰਾਈ ਟੂ ਰੀਚ ਯੂ, ਮੈਂ ਤਾਂ ਤੁਹਾਡਾ ਨੰਬਰ ਹੀ ਮੇਰੇ ਕੋਲ ਸੀਗਾ ਨਹੀਂ, ਬਟ ਕਹਿ ਰਹੇ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ ਹੈ ਕਿ ਮੈਂ ਤੈਨੂੰ ਮਿਲਿਆ ਨਹੀਂ ਕਿਉਂਕਿ ਮੈਂ ਕਰੋਨਾ ਪੋਜ਼ਿਟਿਵ ਸੀਗਾ, ਮੈਨੂੰ ਪਤਾ ਨਹੀਂ ਸੀ। ਤੇ ਫਿਰ ਉਹਨਾਂ ਨੇ ਮੈਨੂੰ ਆਪਣੀ ਗੱਲ ਦੱਸੀ ਸਫਦਰਜੰਗ ਹੋਸਪਿਟਲ ਕਿੱਦਾਂ ਇਹਨਾਂ ਨੂੰ ਅੰਮ੍ਰਿਤ ਇਹਨਾਂ ਦੇ ਫਰੈਂਡ ਨੇ ਭੇਜਿਆ ਤੇ ਕਿੱਦਾਂ ਕਰਾ ਪ੍ਰਸ਼ਾਦ ਭੇਜਿਆ ਤੇ ਆਈ ਟੋਲਡ ਹਿਮ ਦੈਟ ਆਈ ਸੈਡ ਯੂ ਆਰ ਬਲੈਸਡ, ਤੁਹਾਨੂੰ ਤੁਹਾਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਤੇ ਮੈਂ ਉਹਨੂੰ ਸਾਰੀ ਆਪਣੇ ਹਿਸਟਰੀ ਦੱਸੀ ਬੰਗਲਾ ਸਾਹਿਬ ਦੀ, ਜਿੱਦਾਂ ਤੁਸੀਂ ਹੁਣ ਲੋਕਾਂ ਨੂੰ ਦੱਸੋ ਹਿਸਟਰੀ ਬੰਗਲਾ ਸਾਹਿਬ ਦੀ, ਲੋਕਾਂ ਨੂੰ ਪਤਾ ਚੱਲੇ ਕਿ ਵਟ ਐਗਜੈਕਟਲੀ ਇਜ਼ ਦੀ ਹਿਸਟਰੀ, ਕਿੱਦਾਂ ਸਾਡਾ ਗੁਰਦੁਆਰਾ ਬੰਗਲਾ ਸਾਹਿਬ ਜਿਹਦੇ ਅਸੀਂ ਵੀ ਬੜੀ ਸਟਰੋਂਗ ਫੋਲੋਇੰਗ ਆ। ਇਨਫੈਕਟ ਮੇਰੀ ਅੱਜ ਤੋਂ 20 ਸਾਲ ਪਹਿਲੇ ਦੀ ਗੱਲ ਹੈ, ਜਦ ਮੇਰੇ ਕੋਲ ਨੌਕਰੀ ਨਹੀਂ ਸੀ ਹੁੰਦੀ, ਮੈਂ ਸੁੱਖਿਆ ਸੀ, ਮੈਂ 1 ਸਾਲ ਪੂਰਾ ਮੈਂ ਗੁਰਦੁਆਰਾ ਬੰਗਲਾ ਸਾਹਿਬ ਗਿਆ ਤੇ ਮੇਰੀ ਨੌਕਰੀ ਲੱਗੀ ਉਸ ਟਾਈਮ ਤੇ। ਲਗਭਗ 3,500 ਮੁੰਡਾ ਬੈਠਾ ਐਗਜ਼ਾਮ ਵਾਸਤੇ, ਸਿਰਫ 20 ਮੁੰਡੇ ਸਿਲੈਕਟ ਕੀਤੇ ਤੇ ਮਹਾਰਾਜ ਦੀ ਬੜੀ ਹੋਈ ਤੇ ਮੈਨੂੰ ਮੇਰੇ ਫਾਦਰ ਮਦਰ ਨੇ ਹਮੇਸ਼ਾ ਕਿਹਾ ਕਿ ਬੱਚੇ ਤੇਰੀ ਨੌਕਰੀ ਲੱਗੀ ਲੱਗੀ, ਬਸ ਤੂੰ ਆਪਣਾ ਗੁਰਦੁਆਰੇ ਜਾਂਦਾ ਰਹੇ ਤੇ ਅੱਜ ਤੱਕ ਅਸੀਂ ਮਤਲਬ ਸ਼ੁਕਰ ਗੁਜ਼ਾਰ ਹੈਗੇ ਹਾਂ ਪਰਮਾਤਮਾ ਦੇ ਜਿਹੜਾ ਸਾਨੂੰ ਏਦਾਂ ਜੋੜ ਕੇ ਰੱਖਿਆ ਆਪਣੇ ਨਾਲ। ਤੇ ਅੱਗੇ ਗੁਜਰਾਲ ਸਾਹਿਬ, ਗੁਜਰਾਲ ਸਾਹਿਬ ਇਹ ਭਾਵਨਾ ਜਿਹੜੀ ਆ ਇਹ ਹਰ ਸਿੱਖ ਅੰਦਰ, ਲੇਕਿਨ ਗੱਲ ਵਿਸ਼ਵਾਸ ਦੀ ਆ ਉਸ ਅਕਾਲ ਪੁਰਖ ਤੇ ਜਿਸਨੇ ਭਰੋਸਾ ਰੱਖਿਆ ਹੈ, ਜਿਸਨੇ ਉਸ ਅਕਾਲ ਪੁਰਖ ਤੇ ਵਿਸ਼ਵਾਸ ਰੱਖਿਆ ਹੈ। ਜਿਵੇਂ ਤੁਸੀਂ ਕਿਹਾ, ਸਭ ਦੀ ਜ਼ਿੰਦਗੀ ਦੇ ਅੰਦਰ ਇਹੀ ਆਉਂਦਾ, ਮੇਰੀ ਜ਼ਿੰਦਗੀ ਵੀ ਇਸੇ ਤਰ੍ਹਾਂ ਬਦਲੀ, ਮੇਰਾ ਵੀ ਮੇਰੇ ਕੋਲ ਵੀ ਜੋ ਕੁਛ ਅੱਜ ਉਸ ਅਕਾਲ ਪੁਰਖ ਦਾ ਦਿੱਤਾ ਹੈ ਉਹ ਮੈਂ ਵੀ ਗੁਰਦੁਆਰਾ ਬੰਗਲਾ ਸਾਹਿਬ ਤੋਂ, ਗੁਰਦੁਆਰਾ ਸੀਸਗਾਈ ਸਾਹਿਬ ਤੋਂ ਸਵੇਰੇ 5:30 ਮੈਂ ਜਾ ਕੇ ਪਹਿਲਾਂ ਸੀਸਗਾਈ ਸਾਹਿਬ ਪਹੁੰਚਣਾ ਔਰ ਉਸ ਤੋਂ ਬਾਅਦ ਬੰਗਲਾ ਸਾਹਿਬ, ਔਰ ਉੱਥੋਂ ਹੀ ਮੇਰੇ ਤੇ ਸਾਰੀਆਂ ਬਖਸ਼ਿਸ਼ਾਂ ਹੋਈਆਂ। ਕਿਉਂਕਿ ਇਨਸਾਨ ਦੇ ਕੋਲ ਰੱਬ ਦਾ ਨਾਮ ਹੈਗਾ ਹੈ, ਇਨਸਾਨ ਰੱਬ ਨੂੰ ਜਾਣਦਾ ਵੀ ਆ, ਕਿਉਂਕਿ ਜਿਹੜਾ ਗੁਰਬਾਣੀ ਨਾਲ ਜੁੜ ਜਾਂਦਾ ਹੈ ਉਹਦੀ ਆਪਣੇ ਆਪ ਹੀ ਰੱਬ ਨਾਲ ਜਾਣ ਪਛਾਣ ਹੋ ਜਾਂਦੀ ਹੈ ਔਰ ਰੱਬ ਦੀ ਉਸਤਤ ਕਰਨ ਲੱਗ ਪੈਂਦਾ ਹੈ। ਪਰ ਗੱਲ ਇਹ ਕਿ ਵਿਸ਼ਵਾਸ ਦੀ, ਮੈਂ ਆਪਣੇ ਨਾਲ ਰੋਹੀ ਜੀ ਨੇ ਦੱਸਿਆ ਕਿ ਭਾਵੇਂ ਉਹ ਗੁਰਦੁਆਰਾ ਸਾਹਿਬ ਨਹੀਂ ਗਏ ਸੀ ਪਰ ਉਹਨੂੰ ਤਾਂ ਵਿਸ਼ਵਾਸ ਸੀ। ਜਿਹੜਾ ਵਿਸ਼ਵਾਸ ਆ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਦਿੱਲੀ ਦੇ ਅੰਦਰ ਚੇਚਕ ਦੀ ਬਿਮਾਰੀ ਦੀ ਮਹਾਂਮਾਰੀ ਨੂੰ
ਖਤਮ ਕੀਤਾ ਸੀ ਉਸ ਵੇਲੇ ਜੋ ਅੱਗ ਪੈ ਰਹੀ ਸੀ ਔਰ ਅੱਜ ਵੀ ਜਿਹੜੀ ਗੁਰੂ ਕ੍ਰਿਸ਼ਨ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਆ। ਮੈਂ ਰੋਹਿਤ ਜੀ ਤੁਹਾਨੂੰ ਵੀ ਦੱਸਣਾ ਚਾਹੁੰਦਾ, ਗੁਜਰਾਤ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਹੈ, ਮੈਂ ਦੇਸ਼ ਦੇ ਬਹੁਤ ਵੱਡੇ ਜਿਹੜੇ ਅੱਜ ਦੇਸ਼ ਦੇ ਮਿਨਿਸਟਰ ਨੇ ਦੋ, ਇੱਕ ਨਹੀਂ ਦੋ, ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਉਹਨਾਂ ਨਾਲ, ਮੈਨੂੰ ਪਤਾ ਕੀ ਚਮਤਕਾਰ ਉਹਨਾਂ ਨਾਲ ਬੀਤਿਆ ਇਸ ਬੰਗਲਾ ਸਾਹਿਬ ਦੇ ਅੰਦਰ। ਮੈਂ ਬਹੁਤ ਲੋਕਾਂ ਨੂੰ ਨਿੱਜੀ ਤੌਰ ਤੇ ਜਾਣਦਾ ਹੈ ਜਿਹਨਾਂ ਦੀਆਂ ਐਸੀਆਂ ਐਸੀਆਂ ਬਿਮਾਰੀਆਂ ਜਿਹਨਾਂ ਦਾ ਖਾਤਮਾ ਹੋਣ ਦਾ ਡਾਕਟਰਾਂ ਨੇ ਹੱਥ ਖੜੇ ਕਰਤੇ ਸੀ, ਮੇਰੇ ਪੰਜਾਬੀ ਬਾਗ ਦਾ ਇੱਕ ਪਰਿਵਾਰ ਆ ਉਹਨਾਂ ਦੇ ਇੱਕ ਸਰਦਾਰ ਸਾਹਿਬ ਨੇ, ਔਰ ਮੈਂ ਐਸੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹੈ। ਪਰ ਹੁੰਦਾ ਕੀ ਆ ਕਿ ਸਾਡੇ ਘਰ ਗੱਲ ਕਰਨ ਦੀ ਔਰ ਜਿਸ ਨਾਲ ਖੁਦ ਬੀਤਰੀ ਹੋਵੇ ਉਸ ਦੀ ਗੱਲ ਕਰਨ ਦਾ ਬਹੁਤ ਅੰਤਰ ਹੁੰਦਾ ਹੈ, ਔਰ ਮੈਨੂੰ ਲੱਗਦਾ ਹੈ ਕਿ ਲੋਕ ਇਸ ਗੱਲ ਨੂੰ ਮਹਿਸੂਸ ਕਰਨਗੇ। ਮੈਂ ਦੱਸਣਾ ਚਾਹੁੰਦਾ ਰੋਹਿਤ ਜੀ, ਜਿਹੜੇ ਸਾਡੇ ਬਹੁਤ ਵੱਡੇ ਕੀਰਤਨੀਏ ਸੀਗੇ, ਜਦੋਂ ਉਹਨਾਂ ਦਾ ਕਾਲ ਚਲਾਣਾ ਹੋ ਗਿਆ ਔਰ ਕੋਰੋਨਾ ਵਾਇਰਸ ਕਰਕੇ ਭਾਈ ਨਿਰਮਲ ਸਿੰਘ ਖਾਲਸਾ ਜੀ ਚੜ੍ਹਾਈ ਕਰ ਗਏ, ਉਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਡਿਟੈਕਟ ਹੋਇਆ, ਉਹਨਾਂ ਨੂੰ ਵੀ ਪੋਜ਼ਿਟਿਵ ਕਰਾਉਣਾ। ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਜਦੋਂ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਜੋ ਤੁਹਾਡੀ ਗੱਲ ਆ, ਤੁਹਾਡਾ ਰੈਫਰੈਂਸ ਦੇ ਕੇ ਦੱਸਿਆ ਉਹਨਾਂ ਨੂੰ ਕਿ ਸਾਡੇ ਇੱਕ ਮਿੱਤਰ ਨੇ, ਉਹਨਾਂ ਨੇ ਕੋਰੋਨਾ ਨਾਲ ਲੜਾਈ ਲੜੀ, ਕੋਰੋਨਾ ਹਾਰਿਆ ਉਹ ਜਿੱਤੇ ਨੇ। ਇਹ ਇੱਕ ਦੋ ਲੋਕਾਂ ਦੀ ਲੜਾਈ ਆ, ਜਿੱਥੇ ਦੁਸ਼ਮਣ ਔਰ ਤੁਸੀਂ ਜੇ ਤੁਸੀਂ ਕਮਜ਼ੋਰ ਪੈ ਗਏ ਦੁਸ਼ਮਣ ਤੁਹਾਨੂੰ ਮਾਰ ਦੇਗਾ, ਜੇ ਤੁਸੀਂ ਤਕੜੇ ਰਹਿ ਗਏ ਤਾਂ ਤੁਸੀਂ ਦੁਸ਼ਮਣ ਨੂੰ ਮਾਰ ਦੋਗੇ। ਸੋ ਇੱਕ ਪੋਜ਼ਿਟਿਵਿਟੀ ਉਸ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ ਨਾਲ ਲੋਕਾਂ ਰੱਖਿਆ ਹੈ, ਫਿਰ ਉਹਨਾਂ ਦਾ ਵਿਸ਼ਵਾਸ ਕਦੇ ਡੋਲਦਾ ਨਹੀਂ। ਸੋ ਮੈਨੂੰ ਅੱਛਾ ਲੱਗਾ ਰੋਹਿਤ ਜੀ, ਤੁਹਾਡੀ ਇਹ ਗੱਲਬਾਤ ਜਿਹੜੀ ਆ ਦੁਨੀਆਂ ਤੱਕ ਪਹੁੰਚੂਗੀ। ਤੁਹਾਡੇ ਸਮੇਂ ਕੈਪਟਨ ਗੁਜਰਾਲ ਜੀ ਦਾ ਵੀ ਬਹੁਤ ਧੰਨਵਾਦ ਕਰਦਾ, ਰੋਹਿਤ ਜੀ ਤੁਹਾਡਾ ਵੀ ਧੰਨਵਾਦ ਕਰਦਾ, ਔਰ ਮੈਂ ਉਮੀਦ ਕਰਦਾ ਕਿ ਆਪਾਂ ਇਸੇ ਤਰ੍ਹਾਂ ਮਿਲ ਕੇ ਇਸ ਮਾਨਵਤਾ ਦੀ ਜਿੱਥੇ ਸੇਵਾ ਕਰਾਂਗੇ, ਔਰ ਜਿਸ ਦਿਨ ਤੁਸੀਂ ਜਿਵੇਂ ਦੱਸਿਆ ਕਿ ਸਭ ਤੋਂ ਪਹਿਲਾਂ ਬੰਗਲਾ ਸਾਹਿਬ ਆਉਣਾ, ਜਿਸ ਦਿਨ ਤੁਸੀਂ ਬੰਗਲਾ ਸਾਹਿਬ ਆਓਗੇ ਅਸੀਂ ਤੁਹਾਨੂੰ ਉੱਥੇ ਸਭ ਤੋਂ ਪਹਿਲਾਂ ਜਦੋਂ ਇਹ ਲੋਕਡਾਊਨ ਖੁੱਲੂਗਾ ਅਸੀਂ ਵੀ ਤੁਹਾਨੂੰ ਉੱਥੇ ਮਿਲਾਂਗੇ, ਔਰ ਤੁਹਾਡੇ ਵਾਸਤੇ ਔਰ ਤੁਹਾਡੇ ਪਰਿਵਾਰ ਵਾਸਤੇ ਔਰ ਦੇਸ਼ ਔਰ ਦੁਨੀਆਂ ਦੀ ਮਾਨਵਤਾ ਵਾਸਤੇ ਅਸੀਂ ਫਿਰ ਤੋਂ ਅਰਦਾਸ ਕਰਾਂਗੇ। ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।